ਤੁਹਾਡਾ ਪਹਿਲਾ ਸੌਂਗ ਉਹ ਉੱਚੀ ਵਾਲੇ ਗੱਲਾਂ ਤੇ ਸੋਹਾਈ 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 255 ਪੰਜਾਬ SYL SYL ਓ SYL ਆਪਣਾ ਹੀ ਪੁਆਇੰਟ ਹੈ ਸੌਰੀ ਮੈਂ ਐਵੇਂ ਤੇ ਜਿਹੜੀ ਅੱਜ ਦੀ ਵੀਡੀਓ ਆ ਉਹ ਆਪਾਂ ਦੇਖਣੀ ਹੈ ਸਿੱਧੂ ਮੂਸੇਵਾਲੇ ਬਾਈ ਦੀ ਬਾਈ ਚਾਹੇ ਦੁਨੀਆ ਤੋਂ ਚਲਾ ਗਿਆ ਪਰ ਉਹ ਦਿਲਾਂ ਦੇ ਵਿੱਚ ਹਜੇ ਵੀ ਆਪਣੇ ਜੋ ਰਾਜ ਕਰਦਾ ਅਤੇ ਰਾਜ ਇੱਦਾਂ ਹੀ ਉਹ ਜਿਹੜਾ ਕਰਦਾ ਰਹੂਗਾ ਠੀਕ ਹੈ ਕੋਈ ਵੀ ਬੰਦਾ ਕਿਸੇ ਲੋਕਾਂ ਦੇ ਦਿਲਾਂ 'ਚੋਂ ਨਹੀਂ ਉਹਨੂੰ ਮਿਟਾ ਸਕਦਾ ਸੋ ਅੱਜ ਦੀ ਵੀਡੀਓ ਇਹ ਕੀ ਹੈ ਕਿ ਆਹ ਚਾਰ ਮੁੰਡੇ ਆ ਵੀ ਇਹਨਾਂ ਦਾ ਯੂਟਿਊਬ ਚੈਨਲ ਹੈ ਮੈਂ ਲਿੰਕ ਦਊਂਗਾ ਡਿਸਕ੍ਰਿਪਸ਼ਨ 'ਚ ਦੇਖਿਓ ਗਾਣੇ ਦੀ ਟਿਊਨ ਜੋ ਮਤਲਬ ਗਾਣਾ ਸਟਾਰਟ ਹੋਏਗਾ ਲੇਕਿਨ ਅਗਲੇ ਕੁਝ ਕੁ ਸਕਿੰਟ ਹੁੰਦੇ ਨਾ 5-6 ਸਕਿੰਟ ਉਹਨਾਂ ਦੇ ਵਿੱਚ ਗਾਣਾ ਗੈਸ ਕਰਨਾ ਕਿ ਸਿੱਧੂ ਮੂਸੇਵਾਲੇ ਬਾਈ ਦਾ ਕਿਹੜਾ ਗਾਣਾ ਵੀਡੀਓ ਹੋਏਗੀ ਬਹੁਤ ਇੰਟਰਸਟਿੰਗ ਪੂਰੀ ਦੇਖਿਓ ਸਕਿੱਪ ਨਾ ਕਰਿਓ ਅਤੇ ਨਹੀਂ ਜੇ ਟਾਈਮ ਘੱਟ ਹੈ ਤਾਂ ਵੀਡੀਓ ਨੂੰ ਤੋ ਸਪੀਡ ਨੂੰ ਥੋੜ੍ਹਾ ਜਿਹਾ ਤੇਜ਼ ਕਰਕੇ ਦੇਖ ਲਓ 1.25x ਦੀ ਸਪੀਡ 'ਤੇ ਦੇਖੋ ਪਰ ਦੇਖਿਓ ਪੂਰੀ ਚੱਕ ਦਿਓ ਫਟੇ ਆ ਜਾਓ ਦੇਖੀਏ ਫਿਰ ਵੈਲਕਮ ਬੈਕ ਟੂ ਦਾ ਸਿੰਘ ਮਿੱਤਰੋ ਅਤੇ ਅੱਜ ਦੀ ਵੀਡੀਓ ਹੈ ਗੈਸ ਦਾ ਸੌਂਗ ਫਰੋਮ ਮਿਊਜ਼ਿਕ ਅਤੇ ਇਹ ਸਾਰੇ ਸੌਂਗ ਹੋਣਗੇ ਸਿੱਧੂ ਮੂਸੇਵਾਲੇ ਦੇ ਚਲੋ ਸੋ ਰੈਡੀ ਹੋ ਤੁਸੀਂ ਫਸਟ ਕਲਾਸ ਚਲੋ ਚਲੋ ਵੀ ਤੁਹਾਡਾ ਪਹਿਲਾ ਸੌਂਗ ਉਹ ਉੱਚੀ ਵਾਲੇ ਗੱਲਾਂ ਤੇ ਸੋਹਾਈ 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 ਨੈਵਰ ਫੋਲਡ ਹਾਂ ਸ਼ਿਟ ਮੈਨ ਗਾਇਸ ਤੁਸੀਂ ਵੀ ਕਮੈਂਟ ਕਰਕੇ ਦੱਸੀ ਚੱਲਿਓ ਕਿ ਤੁਹਾਨੂੰ ਕਿਹੜੇ ਕਿਹੜੇ ਤੁਸੀਂ ਗੈਸ ਕੀਤੇ ਆ ਟੀਮ ਨੂੰ ਨਾ ਰਾਜਨ ਥੋੜਾ ਜਿਹਾ ਉਹ ਦੇ ਦੇ ਯਾਰ ਥੋੜਾ ਜਿਹਾ ਸੌਖੇ ਗਾਣੇ ਦਾ ਯਾਰ ਟੀਮ ਨਹੀਂ ਨੈਵਰ ਫੋਲਡ ਦਾ ਚਲੋ ਪਤਾ ਨਹੀਂ ਲੱਗਾ ਪਰ ਓਕੇ ਸੌਰੀ ਫੋਰ ਇਹ ਕਿਹੜਾ ਸੀਗਾ ਯਾਰ ਨਹੀਂ ਦੁਬਾਰਾ ਪਲੇ ਕਰ ਰੱਖਾਂ ਯਾਰ ਬਾਈ ਮੈਂ ਸਵੇਰੇ ਸੁਣਿਆ ਯਾਰ ਲੈਜੈਂਡਸ ਨਹੀਂ ਉਹਦੇ ਨਾਲ ਕੀ ਨਾਮ ਸੀ ਕੁਮਾਰੀ ਉਹਦੇ ਨਾਲ ਸੀ ਅਬੇ ਸਾਲੇ
दोबारा यार माड़ा माड़ा दोबारा प्ले कर दे भरा केड़ा केड़ा एक मिनट हूं केड़ा सी यार मैनू पता ही नहीं चक्कर है क्योंकि ना आप गाने जरूर सुने सारे सुने पर ना आए नहीं अस कद गैस भी करा गे तो दिमाग चो चीज कद रही नहीं कि म्यूजिक तो याद रखना मेनू जिनी देर याद नहीं आना रिमिक्स तो नहीं किया कोई नहीं 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 यार एस वाई एल वर्गा मालवा ब्लॉक रोमांटिक सॉन्ग नहीं वो तो हो गया सच ऑल अबाउट यू गाने का नाम अलोन नहीं है Everybody hurts. Yeah. Oh. Ah, shit, यार वो बंदा के जाने साथ में होगी. तीर से तो नहीं आया. सही है सही है. गाना चलता आ गया. गाके. मूसरिल मूसरिल मूसरिल. सिद्धू मेरे साथ पर वो हंसता नहीं. भैया तुझे ऊपर आने के लिए. मूसरिल है. मूसरिल है. पिछले आने मौका ही नहीं देंगे. ऊपर आने भी जज्बा दिखाओ. और तू ही के मर गए हो. सिद्धे पंजाबी से मर गए. कला बैड केड़ा सी यार सुने तो पता लगना टाइटल नहीं आपां याद रखदे यार एलन वॉकर है एक डबलेगा
ਮਸ਼ਹੂਰ ਬਾਈ ਦੇ ਹੋਰ ਵੀਡੀਓ ਚੈੱਕ ਕਰਿਓ ਜਾ ਕੇ ਮੈਂ ਲਿੰਕ ਦਊਂਗਾ ਓ ਇਹ ਤਾਂ ਸੁਣਿਆ ਤਾਂ ਹੁਣ ਆਇਆ ਮੂਸ ਟੇਪ ਦਾ ਹੀ ਹੈ ਸ਼ਾਇਦ ਹਜੇ ਬਜਦਾ ਕਿ ਚੋਰ ਨੀ ਗਾਣਾ ਆਉਣਾ ਹਜੇ ਓਫੀਸ਼ੀਅਲ ਇਹ ਤਾਂ ਹਿੱਟ ਕਰਨਾ ਚਾਹੀਦਾ ਇਹ ਤਾਂ ਫੇਵਰੇਟ ਸੌਂਗ ਆ ਟਾਈਟਲ ਬੜਿਆ ਕਰੋ ਭਰਾ ਮੈਂ ਟਾਈਟਲ ਬਹੁਤ ਘੱਟ ਯਾਰ ਲੱਗਿਆ ਸੋ ਹਾਈ ਲੱਗਿਆ ਮੈਂ ਪਹਿਲਾਂ ਵੀ ਦੋ ਤਿੰਨ ਵਾਰੀ ਬੋਲਦਾ ਸੀ ਫਿਰ ਬਾਈ ਨਾ ਪਹਿਲਾਂ ਹੀ ਤੂੰ ਬਾਈ ਤੂੰ ਹੀ ਆਂਦਰ ਬੋਲਿਆ ਸੀ ਸਵਾਈ ਦਾ ਤੂੰ ਪਿੱਛੇ ਬੋਲ ਨਹੀਂ ਯੂਜ਼ ਕਰੀ ਜਾਂਦਾ ਗਾਇਸ ਸਪੀਡ ਵਧਾ ਕੇ ਦੇਖ ਲਓ ਲੈਵਲ ਹੋਰ ਹੋ ਰਿਹਾ ਹੁੰਦਾ ਓਕੇ ਲੈਵਲ ਹੋ ਤੱਕੇ ਲੈਵਲ ਬ੍ਰੋਕ ਐਜ਼ ਅ ਫੱਕ ਨੇ ਹਾਂਦੀਏ ਤਲਾ ਗਾਣਾ ਸੀ ਤੋਂ ਉਹ ਗਾ ਰਹੇ ਤਾਂ ਗਾਇਸ ਬਾਈ ਅਸੀਂ ਸੁਣ ਲੈਣਾ ਸੀ ਜੇ ਤੁਸੀਂ ਗਾ ਵੀ ਲੈਂਦੇ ਕੋਈ ਚੱਕਰ ਵਾਲੀ ਗੱਲ ਨਹੀਂ ਆ ਕਿਹੜਾ ਬਾਈ ਅਰੋਮਾ ਸਿੱਧੂ ਸਨ ਨਵੀਂ ਗੈਸਟ ਦਾ ਕਿ ਪੁਰਾਣੀ ਦਾ ਤੂੰ ਤੇ ਹੁਣ ਇਹ ਥੋੜੀ ਦੱਸ ਸਕਦੇ ਤੈਨੂੰ ਉਹ ਬੰਦਾ ਜਿਹੜਾ ਹਿੰਟ ਦੇ ਦਿੰਦਾ ਨਾ ਤੇ ਇੱਧਰ ਆਲਾ ਭਰਾ ਜਿਹੜਾ ਇਹ ਕੈਚ ਕਰ ਲੈਂਦਾ ਨਾ ਮੈਨੂੰ ਯਾਦ ਨਹੀਂ ਸੀ ਕਮਾਲ ਹੈ ਯਾਰ ਗਾਣੇ ਸਾਰੇ ਸੁਣੀ ਦੇ ਹਰ ਰੋਜ਼ ਪਰ ਦਿਮਾਗ ਕੈਲਾਬੂਸ ਗਿਆ ਤੇ ਮੇਰੇ ਦਿਮਾਗ ਬਰਾਬਰ ਆ ਦੋਨੇ ਬਾਈ ਮੈਨੂੰ ਗਾਣੇ ਦੇ ਬੋਲ ਯਾਦ ਨੇ ਨਾ 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 ਜੇਠਾਲਾਲ ਜੇਠਾਲਾਲ ਯਾਰ ਤੇਰੇ ਮੈਂ ਬੋਲਣਾ ਬਾਈ ਬੋਲਣ ਦਾ ਮੌਕਾ ਕਿਥੇ ਦਿੱਤਾ ਤੁਸੀਂ ਯਾਰ ਕਰ ਦੋ ਖਤਮ ਹੋਰ ਕਿੰਨਾ ਕੁ ਜਲੀਲ ਕਰਾਣਾ ਵਿਚਾਰਿਆ ਇਹਨੇ ਗੈਸ ਕਰਨਾ ਬਾਈ ਨੇ ਮੈਨੂੰ ਲੱਗਦਾ ਇਹਨੇ ਕਰਨਾ ਸੋਹਣੇ ਲੱਗਦੇ
ਸੋਹਣੇ ਲੱਗਦੇ ਇਕੱਠੇ ਸੋਹਣੇ ਲੱਗਦੇ ਰੱਬ ਨੇ ਬੋਲਿਆ ਯਾਰ ਸੋਹਣੇ ਬਹੁਤ ਸੋਹਣਾ ਗਾਣਾ ਕਲੀਅਰ ਵਿਨਰ ਸੀ ਉਦਾਂ ਵੀ ਵਿਨਰ ਸੀ ਆਖਰੀ ਤੇ ਚੈਲੰਜ ਲੈ ਕੇ ਵੀ ਵਿਨਰ ਨਹੀਂ ਟਫ ਨਹੀਂ ਗਾ ਜ਼ਿਆਦਾ ਨੇ 12 ਉਹਨੇ ਵੀ ਦਿੱਤੀ ਦਾ ਵੀਡੀਓਜ਼ ਗਾਇਸ ਚਲੋ ਵੀ ਅੱਗੇ ਹੁਣ ਗੇਮ ਵੀਡੀਓ ਖਤਮ ਤੁਸੀਂ ਗੈਸਟਾਂ ਨੂੰ ਕਹਿਣ ਦੋ ਸ਼ਾਇਦ ਇਹਨਾਂ ਦੀ ਸੁਣ ਲੈਣ ਕਹੋ ਲਾਈਕ ਸ਼ੇਅਰ ਸਬਸਕ੍ਰਾਈਬ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਚੈਨਲ ਵਾਹ ਵਾਹ ਸਹੀ ਹੈ ਗਾਈਜ਼ ਇਹਨਾਂ ਦਾ ਚੈਨਲ ਜ਼ਰੂਰ ਜਾ ਕੇ ਚੈੱਕ ਕਰਿਓ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦੇ ਦੂੰਗਾ ਯਾਰ ਗਾਣੇ ਨਾ ਸੁਣੇ ਬਹੁਤ ਆ ਆਪਾਂ ਬਾਈ ਦੇ ਹੈ ਨਾ ਦੇਖੋ ਅੱਜ ਹੋ ਗਏ 12 ਤੇ 17 ਹੈ ਨਾ 39 ਗਾਣੇ ਹੋ ਗਏ ਜਿਹੜੇ ਸਹੀ ਹੈ ਨਾ ਮੈਂ ਤਾਂ ਛੋਟੇ ਹੁੰਦੇ ਭਰਾਵਾ ਮੈਂ ਚੋਂ ਫੇਲ ਹੀ ਹੁੰਦੇ ਰਹੇ ਹਾਂ ਕਦੇ ਇੱਕ ਨੰਬਰ ਆਉਂਦੇ ਕਦੇ ਡੇਢ ਆਉਂਦਾ ਸੀਗਾ ਫਿਰ ਟਿਊਸ਼ਨ ਲਾ ਕੇ ਚੰਗੀ ਤਰ੍ਹਾਂ ਪੜ੍ਹੇ ਤਾਂ ਇੱਕੋਦਮ 90 ਲਏ ਸਰ ਵੀ ਮੇਰਾ ਹੈਰਾਨ ਹੋ ਗਿਆ ਕਹਿੰਦਾ ਹੋਏ ਸਾਰੀ ਉਮਰ ਤੂੰ ਫੇਲ ਹੁੰਦਾ ਰਿਹਾ ਅਚਾਨਕ ਤੇਰੇ ਨੰਬਰ ਕਿਵੇਂ ਆ ਗਏ ਪਰ ਭਰਾਵਾ ਮੈਂ ਟਿਊਸ਼ਨ ਰੱਖ ਲਈ ਸੀਗੀ 2-3 ਮਹੀਨੇ ਟਿਊਸ਼ਨ ਰੱਖ ਕੇ ਐਂ ਚੰਗੀ ਤਰ੍ਹਾਂ ਪੜ੍ਹ ਲਿਆ ਅਤੇ ਉਸ ਦਿਨ ਚਲੋ ਰੱਬ ਨੇ ਸਾਥ ਦਿੱਤਾ ਅਤੇ ਨੰਬਰ ਆ ਗਏ ਕਿਹੜੀਆਂ ਗੱਲਾਂ 'ਚ ਪੈ ਗਏ ਆਪਾਂ ਹਾਂ 39 ਗਾਣੇ ਸੀਗੇ ਅਤੇ ਉਹਦੇ ਵਿੱਚੋਂ ਮਤਲਬ ਬਾਈ ਨੇ 16-17 ਬਾਈ ਨੇ ਦੇਖੇ ਅਤੇ 12 ਉਹਨੇ ਪਤਾ ਕੀਤੇ ਅਤੇ ਆਪਾਂ ਨੂੰ ਬਈ ਬਹੁਤ ਘੱਟ ਪਤਾ ਲੱਗਿਆ ਦੇਖੋ ਜਾਂ ਤਾਂ ਹੋਵੇ ਨਾ ਬੰਦਾ ਉਸ ਮਾਇੰਡਸੈਟ ਨਾਲ ਇਹਨਾਂ ਦਾ ਚੈਨਲ ਹੀ ਇੱਦਾਂ ਦਾ ਹੈ ਬਾਕੀ ਤੁਸੀਂ ਕੰਟੈਂਟ ਦੇਖੋਗੇ ਉਹ ਵੀ ਕੁਛ ਇੱਦਾਂ ਦਾ ਹੀ ਹੈ ਚੈਲੇਂਜਸ ਜਾਂ ਗੈਸ ਕਰਨੇ ਕੁਛ ਇੱਦਾਂ ਦਾ ਹੀ ਹੈ ਅਤੇ ਬਹੁਤ ਵਧੀਆ ਜ਼ਬਰਦਸਤ ਕੰਟੈਂਟ ਕ੍ਰੀਏਟ ਕਰਦੇ ਆ ਮੁੰਡੇ ਜਾ ਕੇ ਚੈਨਲ ਜ਼ਰੂਰ ਚੈੱਕ ਕਰਿਓ ਯਾਰ ਸਬਸਕ੍ਰਾਈਬ ਕਰਿਓ ਇਹਨਾਂ ਦਾ ਚੈਨਲ ਅਤੇ ਸਿੱਧੂ ਮੂਸੇਵਾਲੇ ਬਾਈ ਦੇ ਲਈ ਹਮੇਸ਼ਾ ਹੀ ਪਿਆਰ ਰਹਿਣਾ ਅਤੇ ਹਮੇਸ਼ਾ ਦੁਆਵਾਂ 'ਚ ਯਾਦ ਰੱਖਿਓ ਬਾਈ ਨੂੰ ਅਤੇ ਉਹਨਾਂ ਦੇ ਪੇਰੈਂਟਸ ਨੂੰ ਜਦੋਂ ਦੇਖਦੇ ਆ ਨਾ ਯਾਰ ਉਦੋਂ ਦਿਲ ਨੂੰ ਝਟਕਾ ਜਿਹਾ ਲੱਗਦਾ ਇੱਕ ਵਾਰੀ ਫਿਰ ਕਿਉਂਕਿ ਜਦੋਂ ਉਹਨਾਂ ਦੇ ਪੇਰੈਂਟਸ ਨੂੰ ਦੇਖਦੇ ਨਾ ਉਦੋਂ ਯਾਦ ਆਉਂਦਾ ਕਿ ਯਾਰ ਸਿੱਧੂ ਮੂਸੇਵਾਲਾ ਬਾਈ ਵਾਲਾ ਹੈ ਨਹੀਂ ਦੁਨੀਆ 'ਚ ਹੁਣ ਨਹੀਂ ਤਾਂ ਵੈਸੇ ਤਾਂ ਉਹਨਾਂ ਦੇ ਗਾਣੇ ਚੱਲਦੇ ਪਏ ਇੰਨੇ ਗਾਣੇ ਹਜੇ ਵੱਡੇ ਵੱਡੇ ਪ੍ਰੋਜੈਕਟ ਹਜੇ ਬੜੇ ਹੋਰ ਆਉਣੇ ਆ ਠੀਕ ਹੈ ਸਟੈਫ ਲੰਡਨ ਆਹ ਪਿੱਛੇ ਜੇ ਉਹ ਵੀ ਇੱਕ ਮਸ਼ਹੂਰ ਆਰਟਿਸਟ ਆ ਮੂਸਾ ਪਿੰਡ ਵਿੱਚ ਪਰਸੋਂ ਚੌਥੇ ਉਹ ਆਈ ਅਤੇ ਉੱਥੇ ਆ ਕੇ ਉਹਨੇ ਕਈ ਗਰੀਬ ਬੱਚਿਆਂ ਦੀ ਹੈਲਪ ਕੀਤੀ ਦੇਖੋ ਵੱਡੇ ਵੱਡੇ ਹਾਲੀਵੁੱਡ ਦੇ ਸਟਾਰ ਮੂਸਾ ਪਿੰਡ ਵਿੱਚ ਆਉਣ ਡੇ ਆ ਕੋਈ ਆਏ ਨਹੀਂ ਕੋਈ ਚੰਡੀਗੜ੍ਹ ਜਲੰਧਰ ਲੁਧਿਆਣਾ ਵੱਡੇ ਵੱਡੇ ਸ਼ਹਿਰਾਂ 'ਚ ਆ ਰਹੇ ਮੂਸਾ ਪਿੰਡ ਵਿੱਚ ਮਾਨਸੇ ਜ਼ਿਲ੍ਹੇ ਦਾ ਇੱਕ ਪਿੰਡ ਆ ਮੂਸਾ ਠੀਕ ਹੈ ਉੱਥੇ ਆ ਰਹੇ ਆ ਵੱਡੇ ਵੱਡੇ ਹਾਲੀਵੁੱਡ ਦੇ ਸਟਾਰ ਦੇਖੋ ਕਿੰਨਾ ਨਾਮ ਰੋਸ਼ਨ ਕੀਤਾ ਉਹਨੇ ਆਪਣੇ ਪਿੰਡ ਦਾ ਪੰਜਾਬ ਦਾ ਪੰਜਾਬੀਅਤ ਦਾ ਇਕੱਲੇ ਇੱਧਰਲੇ ਪੰਜਾਬ ਦਾ ਨਹੀਂ ਜਿਹੜੇ ਪਾਕਿਸਤਾਨ ਦੇ ਮੇਰੇ ਭਰਾ ਉੱਧਰਲੇ ਪੰਜਾਬ ਦਾ ਵੀ ਕਿੰਨਾ ਨਾਮ ਰੋਸ਼ਨ ਕੀਤਾ ਯਾਰ ਉੱਧਰਲੇ ਲੋਕਾਂ ਦੀ ਵਿਚਾਰਿਆਂ ਦੀ ਖੁਆਇਸ਼ ਰਹਿ ਗਈ ਦਿਲ 'ਚ ਕਿਉਂਕਿ ਸਿੱਧੂ ਮੂਸੇਵਾਲੇ ਬਾਈ ਦਾ ਸ਼ੋਅ ਸੀਗਾ ਪਾਕਿਸਤਾਨ ਦੇ ਵਿੱਚ ਅਤੇ ਹੁਣ ਤੱਕ ਉਹਦੇ ਪਤਾ ਨਹੀਂ ਕਿੰਨੇ ਕੁ ਸ਼ੋਅ ਆਉਣੇ ਸੀ ਪਾਕਿਸਤਾਨ 'ਚ ਜੇ ਬਾਈ ਜ਼ਿੰਦਾ ਹੁੰਦਾ ਤਾਂ ਮਜ਼ਾ ਆ ਗਿਆ ਇਹਦੀ ਵੀਡੀਓ ਦੇਖ ਕੇ ਇੱਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਚੈਨਲ ਆਪਣਾ ਸਬਸਕ੍ਰਾਈਬ ਕਰੋ ਅਤੇ ਰਿਕਮੈਂਡ ਕਰਦੇ ਰਿਹਾ ਕਰੋ ਮੈਨੂੰ ਕਿ ਕਿੱਦਾਂ ਦੀਆਂ ਵੀਡੀਓ ਦੇਖਣੀਆਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਤਦ ਤੱਕ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ